ਪੰਜਾਬ ਸਰਕਾਰ ਵੱਲੋਂ ਅਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਵਿੱਚ ਕੋਰੋਨਾ ਦੀ ਭਿਆਨਕ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਤੋਂ ਲੈ ਕੇ 8ਵੀਂ ਕਲਾਸ ਤੱਕ ਸਕੂਲ ਬੰਦ ਰੱਖਣ ਲਈ ਕਿਹਾ ਗਿਆ ਸੀ ਪਰ ਇਸ ਦੇ ਉਲਟ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪਿੰਡ ਵੜਿੰਗ ਵਿਖੇ ਹਰਨੂਰ ਪਬਲਿਕ ਸਕੂਲ ਵੱਲੋਂ ਨਰਸਰੀ ਦੇ ਛੋਟੇ ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਇੱਥੇ ਹੀ ਬਸ ਨਹੀਂ ਸਗੋਂ ਇਹਨਾਂ ਬੱਚਿਆਂ ਤੇ ਅਧਿਆਪਕਾਂ ਦੇ ਮਾਸਕ ਵੀ ਨਹੀਂ ਲੱਗੇ ਸਨ ਅਤੇ ਨਾ ਹੀ ਕੋਈ ਸੈਨੀਟਾਈਜ਼ਰ ਵਗੈਰਾ ਨਜ਼ਰ ਆਇਆ ਜ਼ਿਕਰਯੋਗ ਹੈ ਕਿ ਇਹ ਸਕੂਲ ਵੱਲੋਂ ਆਪਣੀ ਮਨਮਾਨੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਟਿੱਚ ਜਾਣਿਆ ਜਾਂਦਾ ਹੈ ਇਸ ਸੰਬੰਧੀ ਜਦੋਂ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਵੜਿੰਗ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਖੁਦ ਹੀ ਸੁਣ ਲਵੋ ਤੁਹਾਡੇ ਸਕੂਲ ਦੇ ਵਿੱਚ ਕੋਈ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਬੱਚੇ ਪੜ੍ਹ ਰਹੇ ਨੇ ਇਸ ਟਾਈਮ ਤੇ ਕਿੰਨੀ ਕਲਾਸ ਦੀ ਪਰਮਿਸ਼ਨ ਹੈ ਆਪਣੇ 9th 8th ਤੇ ਹੈਗੇ ਜੀ ਜਿਹੜੇ ਦੂਸਰੇ ਛੋਟੇ ਬੱਚੇ ਆਏ ਆ ਉਹਦਾ ਹੋਮਵਰਕ ਚੈਕਿੰਗ ਲਈ ਆਏ ਆ ਜੀ ਕੁਝ ਬੱਚੇ ਹੈਗੇ ਆ ਤੇ ਉਹ ਹੋਮਵਰਕ ਚੈਕਿੰਗ ਲਈ ਆਉਂਦੇ ਚਲੇ ਜਾਣਗੇ ਲੇਕਿਨ ਜਿਸ ਤਰ੍ਹਾਂ ਕਿ ਕਲਾਸਾਂ 'ਚ ਦੇਖਿਆ ਗਿਆ ਤੁਹਾਡੇ ਡਿਸਪਲੇ ਵੀ ਚੱਲ ਰਹੀ ਆ ਬੱਚਿਆਂ ਦੇ ਬਲੈਕ ਬੋਰਡ ਦੇ ਵੀ ਉੱਤੇ ਉਹਨਾਂ ਨੂੰ ਲਿਖਿਆ ਗਿਆ ਵੀ ਅੱਜ ਦਾ ਜਿਹੜਾ ਹੈਗਾ ਵਰਕ ਕਰਾਇਆ ਜਾ ਰਿਹਾ ਕਲਾਸਾਂ ਦੇ ਉਹਦੇ ਵਿੱਚ ਨਹੀਂ ਵਰਕ ਨਹੀਂ ਕਰਵਾ ਰਿਹਾ ਜੀ ਉਹ ਤਾਂ ਵੈਸੇ ਉਹਨਾਂ ਨੂੰ ਨੋਟਬੁੱਕਸ 'ਤੇ ਆਪਦਾ ਜਿਹੜਾ ਹੈਗਾ ਜੀ ਰਿਟਰਨ ਵਾਸਤੇ ਲਿਖ ਰਹੇ ਹੋਣੇ ਬਲੈਕ ਬੋਰਡ 'ਤੇ ਵਿਭਾਗ ਸਿਹਤ ਵਿਭਾਗ ਜਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਕੋਈ ਲੈਟਰ ਤੁਹਾਨੂੰ ਜਾਰੀ ਹੋਈ ਹੈ ਸਕੂਲ ਜਿਹੜੇ ਖੋਲ੍ਹਣ ਵਾਸਤੇ ਜਿਹੜੇ ਛੋਟੇ ਬੱਚੇ ਸਕੂਲ 'ਚ ਬੁਲਾਉਣ ਵਾਸਤੇ ਨਹੀਂ ਉਹ ਹੋਮਵਰਕ ਚੈਕਿੰਗ ਲਈ ਉਹਨਾਂ ਨੇ ਕਿਹਾ ਸੀਗਾ ਵੀ ਆਪਦਾ ਇੰਨਾ ਤੁਸੀਂ ਸੱਦ ਸਕਦੇ ਕੋਈ ਸਕੂਲ ਨੇ ਜਿਹੜਾ ਲਿਖਤੀ ਤੌਰ 'ਤੇ ਇਹਨਾਂ ਨੇ ਇੱਕ ਲੈਟਰ ਜਾਰੀ ਕੀਤੀ ਹੋਵੇ ਬੱਚਿਆਂ ਨੂੰ ਬੁਲਾਉਣ ਵਾਸਤੇ ਨਹੀਂ ਲਿਖਤ ਰੂਪ 'ਚ ਇਕੱਲਾ ਉਹੀ ਆਰਡਰ ਹੋਇਆ ਜੀ ਆਪਣੇ ਸਰਕਾਰ ਕੰਨਿਓ ਜਿਹੜੇ ਆਪਾਂ 8th 9th ਵਾਲਾ ਜਿਹੜਾ ਬੱਚੇ ਬੁਲਾ ਸਕਦੇ ਹਾਂ ਅਤੇ ਉਹਨਾਂ ਦੇ ਹੋਮਵਰਕ ਚੈਕਿੰਗ ਲਈ ਛੋਟੇ ਬੱਚਿਆਂ ਦੇ ਬੈਗਸ ਵਗੈਰਾ ਤੁਸੀਂ ਇੱਕ ਦਿਨ ਬੁਲਾ ਕੇ ਚੈੱਕ ਕਰ ਲਿਓ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਸਕੂਲ ਤੇ ਕਦੋਂ ਐਕਸ਼ਨ ਲੈਂਦੀ ਹੈ ਸਰ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਸਕੂਲਾਂ ਨੂੰ ਲੈ ਕੇ ਜਿਹੜੀਆਂ ਉਹ ਕੀ ਗਾਈਡਲਾਈਨ ਜਾਰੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜੋ ਹਦਾਇਤ ਜਾਰੀ ਕੀਤੀ ਗਈ ਹੈ ਉਹ ਸਿਰਫ ਤੇ ਸਿਰਫ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਉਹ 3 ਘੰਟੇ ਵਾਸਤੇ ਲੱਗ ਰਹੀਆਂ ਫਿਰ ਵੀ ਜੇਕਰ ਕੋਈ ਬੱਚਾ ਦੇ ਮਾਂ ਪਿਓ ਇਹ ਕਹਿੰਦੇ ਹੈ ਕਿ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਤਾਂ ਉਹਨਾਂ ਬੱਚਿਆਂ ਨੂੰ ਘਰੇ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਜਿੱਥੋਂ ਤੱਕ ਛੋਟੇ ਬੱਚਿਆਂ ਦਾ ਸਵਾਲ ਹੈ ਵੀ ਪ੍ਰਾਇਮਰੀ ਵਾਲੇ ਬੱਚੇ ਜਾਂ 8ਵੀਂ ਤੱਕ ਉਹਨਾਂ ਨੂੰ ਕਿਸੇ ਕੀਮਤ 'ਤੇ ਉਹਨਾਂ ਸਕੂਲ 'ਚ ਨਹੀਂ ਬੁਲਾਉਣ ਨੂੰ ਕਿਹਾ ਉਹ ਬੱਚੇ ਕੋਈ ਵੀ ਸਕੂਲਾਂ 'ਚ ਨਹੀਂ ਆ ਰਹੇ ਬਲਕਿ ਅਧਿਆਪਕ ਕਿਉਂਕਿ ਪੈਸ ਦਾ ਟੈਸਟ ਹੋ ਰਿਹਾ ਜਾਂ ਹੋਰ ਟੈਸਟ ਹੁੰਦੇ ਆ ਉਹ ਸਾਡੇ ਅਧਿਆਪਕ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਉਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਕੰਮ ਕਰਵਾ ਰਹੇ ਆ ਭਾਵੇਂ ਮੋਬਾਈਲ 'ਤੇ ਕਰਵਾਉਂਦੇ ਆ ਜਾਂ ਬੱਚੇ ਮਾਂ ਪਿਓ ਮੋਬਾਈਲ 'ਤੇ ਕਰਵਾਉਂਦੇ ਆ ਉਹ ਕੰਮ ਜਿਹੜਾ ਉਹਨਾਂ ਨੂੰ ਹੋਮਵਰਕ ਉੱਥੇ ਉਹ ਘਰ ਜਾ ਕੇ ਕਰਵਾ ਰਹੇ ਸਕੂਲ ਕਰਵਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਸਰ ਜਿਸ ਤਰ੍ਹਾਂ ਆਪਾਂ ਨਿੱਜੀ ਸਕੂਲਾਂ ਦੀ ਗੱਲ ਕਰੀਏ ਤਾਂ ਕੁਛ ਨਿੱਜੀ ਸਕੂਲ ਜਿਹੜੇ ਹੈਗੇ ਜਿਵੇਂ ਸਾਡੀ ਟੀਮ ਨੇ ਜਿਹੜਾ ਹੈਗਾ ਪਿੰਡ ਵੜਿੰਗ ਦੇ ਵਿੱਚ ਹਰਨੂਰ ਪਬਲਿਕ ਸਕੂਲ ਹੈ ਉੱਥੇ ਦੌਰਾ ਕੀਤਾ ਸੀ ਤਾਂ ਉੱਥੇ ਨਰਸਰੀ ਕਲਾਸ ਦੇ ਬੱਚੇ ਵੀ ਜਿਹੜੇ ਸੀਗੇ ਉਹ ਉੱਥੇ ਬੈਠ ਕੇ ਕੰਮ ਕਰ ਰਹੇ ਸੀ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਸੀ ਉਹਨਾਂ ਖਿਲਾਫ਼ ਜਿਹੜੀ ਹੈ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਬੱਚੇ ਸਕੂਲ 'ਚ ਬੁਲਾਏ ਹੋਏ ਨਿੱਜੀ ਸਕੂਲ ਨੇ ਸਾਡੇ ਧਿਆਨ 'ਚ ਮਾਮਲਾ ਨਹੀਂ ਆਇਆ ਸੀ ਪਰ ਹੁਣ ਸਾਡੇ ਧਿਆਨ 'ਚ ਤੁਹਾਡਾ ਮਾਮਲਾ ਆ ਗਿਆ ਇਹ ਅਸੀਂ ਉਹਨਾਂ ਉੱਪਰ ਬਣਦੀ ਕਾਰਵਾਈ ਕਰਾਂਗੇ ਪੜਤਾਲ ਕਰਾਵਾਂਗੇ ਪੜਤਾਲ ਕਰਾਉਣ ਉਪਰੰਤ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਜਲਦੀ ਜਲਦੀ ਕਰਾਂਗੇ ਜੇਕਰ ਮਾਨਤਾ ਖਤਮ ਕਰਨ ਦੀ ਗੱਲ ਹੋਈ ਤਾਂ ਮਾਨਤਾ ਵੀ ਖਤਮ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਵਿੱਚ ਵੀ ਜਿਹੜੀ ਹੈ ਇਹਨਾਂ ਸਕੂਲਾਂ ਉੱਪਰ ਕਾਰਵਾਈ ਕੀਤੀ ਜਾਂਦੀ ਪਰਚੇ ਦਰਜ ਕੀਤੀ ਜਾ ਰਹੀ ਕੀ ਇਸ ਤਰ੍ਹਾਂ ਦੀ ਕਾਰਵਾਈ ਮੁਕਤਸਰ ਦੇ ਵਿੱਚ ਕੋਈ ਪਹਿਲਾਂ ਹੋਈ ਹੈ ਨਹੀਂ ਪਹਿਲਾਂ ਕੋਈ ਨਹੀਂ ਹੋਈ ਪਰ ਸਾਡੇ ਜੋ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਉਹਨਾਂ ਨੇ ਛੋਟੇ ਬੱਚਿਆਂ ਦੀ ਸਿਹਤ ਦੇ ਧਿਆਨ ਨੂੰ ਰੱਖਦੇ ਹੋਏ ਆ ਉਹਨਾਂ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਕਿ ਛੋਟੇ ਬੱਚਿਆਂ ਨੂੰ ਸਕੂਲ 'ਚ ਬੁਲਾ ਜਾਓ ਕਿਸੇ ਕੀਮਤ 'ਤੇ ਛੋਟੇ ਬੱਚਿਆਂ ਨੂੰ ਸਕੂਲ 'ਚ ਨਹੀਂ ਬੁਲਾਇਆ ਜਾਣਾ ਭਾਵੇਂ ਨਿੱਜੀ ਹੈ ਅਤੇ ਭਾਵੇਂ ਸਰਕਾਰੀ ਸਕੂਲ ਹੈ ਇਸ ਕਰਕੇ ਹੁਣ ਸਾਡੇ ਧਿਆਨ 'ਚ ਆ ਗਿਆ ਤਾਂ ਅਸੀਂ ਉਹ ਬੰਦੀ ਕਾਰਵਾਈ ਜਲਦੀ ਕਰਾਂਗੇ ਸਕਾਈ ਨਿਊਜ਼ ਪੰਜਾਬ ਲਈ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ